ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਸਿੰਘ ਯੂਰੋਕੈਨ ਗਲੋਬਲ ਤੋਂ। ਅੱਜ ਦੇ ਸ਼ੋਅ ਦੇ ਵਿੱਚ ਮੈਂ ਸਾਰਿਆਂ ਦਾ ਸਵਾਗਤ ਕਰਦਾ ਵਾਂ। ਲਾਸਟ ਐਪੀਸੋਡਸ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ UK ਦੀ ਜਿਹੜੀਆਂ ਸਕਸੈਸ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ, ਜਿੰਨਾਂ ਬੱਚਿਆਂ ਦੇ ਵੀਜ਼ਾਜ਼ ਆਏ ਨੇ। ਫੈਬਿਨ ਟੇਕ ਨੂੰ ਲੈ ਕੇ ਕੁਝ ਕਨਫਿਊਜ਼ਨ ਸੀਗੀਆਂ, ਮਾਰਚ ਮੇਨ ਟੇਕ ਨੂੰ ਲੈ ਕੇ ਬੱਚਿਆਂ ਦੇ ਮਨ 'ਚ ਕੁਝ ਦੁਵਿਧਾ ਹੈਗੀਆਂ ਨੇ, ਕੁਝ ਰਿਊਮਰਸ ਹੈਗੇ ਨੇ ਜਿਹੜੇ ਇੱਧਰ ਉੱਧਰ ਸੁਣਨ ਦੇ ਵਿੱਚ ਆ ਰਹੇ ਨੇ। ਸੋ ਕੋਸ਼ਿਸ਼ ਕਰੂੰਗਾ ਕਿ ਅਗਲੇ 2-3 ਮਹੀਨੇ ਦੇ ਵਿੱਚ ਜਿਹੜੇ ਬੱਚੇ ਬਾਹਰ ਪੜ੍ਹਨ ਜਾਣਾ ਚਾਹੁੰਦੇ ਉਹਨਾਂ ਵਾਸਤੇ ਕੀ ਅਪਡੇਟ ਹੈਗੇ, ਕੀ ਚੀਜ਼ ਧਿਆਨ ਰੱਖਣ ਵਾਲੀ ਹੈਗੀ ਹੈ, ਕੀ ਚੀਜ਼ ਕਰਕੇ ਉਹ ਆਪਣਾ ਵੀਜ਼ਾ ਟਾਈਮ ਸਿਰ ਲੈ ਕੇ ਜਾ ਸਕਦੇ ਨੇ। ਸੋ UK ਜੈਨ ਫੈਬਿਨ ਟੇਕ ਥੋੜ੍ਹਾ ਜਿਹਾ ਡਾਈਸੀ ਰਿਹਾ ਵਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ, ਬਹੁਤ ਜ਼ਿਆਦਾ ਕਹਿੰਦੇ ਨਾ ਮੱਖਣ ਵਾਂਗੂ ਨਹੀਂ ਨਿਕਲੇਗਾ, ਬਹੁਤ ਜ਼ਿਆਦਾ ਈਜ਼ੀ ਨਹੀਂ ਹੋਏਗਾ। ਸੋ ਜਿਹੜੇ ਲੋਕ ਫੇਕ ਡਾਕੂਮੈਂਟਸ ਲਾ ਰਹੇ ਸੀ, LORMY ਨਹੀਂ ਦੇ ਰਹੇ ਸੀਗੇ, ਜਾਂ ਫਾਈਲ ਨੂੰ ਲੈ ਕੇ ਸੀਰੀਅਸ ਨਹੀਂ ਸੀਗੇ, ਬਹੁਤ ਬੱਚਿਆਂ ਨੂੰ ਦਿੱਕਤਾਂ ਆਈਆਂ। ਸਭ ਤੋਂ ਵੱਡੀ ਇਗਜ਼ਾਮਪਲ ਤਾਂ ਮੈਂ ਉਹਨਾਂ ਸਟੂਡੈਂਟਾਂ ਦੀ ਦੇਣੀ ਚਾਹੂੰਗਾ, ਮੇਰੇ ਵੀ ਕੁਛ ਸਟੂਡੈਂਟ ਇੱਦਾਂ ਦੇ ਸੀਗੇ ਵੀ ਆਫਰ ਲੈਟਰਾਂ ਆ ਗਈਆਂ ਉਹਨਾਂ ਦੀਆਂ। ਹੁਣ ਕੀ ਕੁਛ ਕੇਸਿਸ 'ਚ ਕੀ ਸੀਗਾ ਵੀ 17, 18, 20, 22 ਜਨਵਰੀ ਨੂੰ ਕਲਾਸਾਂ ਸਟਾਰਟ ਨੇ, ਕਦੇ ਕਿਸੇ ਨੂੰ ਯੂਨੀਵਰਸਿਟੀ ਨੇ 5 ਜਨਵਰੀ ਨੂੰ ਆਫਰ ਲੈਟਰ ਦੇ ਤੀ, ਬਟ ਕੰਡੀਸ਼ਨ ਕੀ ਲਾ ਤੀ, ਮੈਨੂੰ 30 ਦਿਨ ਪੁਰਾਣੇ ਫੰਡ ਦੇ ਅੱਜ। ਬੱਚਿਆਂ ਦੇ ਮਨ 'ਚ ਕੀ ਸੀਗਾ ਕਿ ਜੀ ਜਦ ਤੱਕ ਆਫਰ ਲੈਟਰ ਨਹੀਂ ਆਊਗੀ ਅਸੀਂ ਫੰਡ ਨਹੀਂ ਜਮ੍ਹਾਂ ਕਰਾਉਣੇ ਹੈਗੇ। ਉਹ ਇੱਕ ਹੱਦ ਤੱਕ ਤਾਂ ਚਲੋ ਠੀਕ ਹੈ, ਸੇਫ ਰੱਖ ਕੇ ਚੱਲਣਾ ਚਾਹੀਦਾ, ਬਟ ਬੈਂਕ 'ਚ ਪੈਸੇ ਕਿਸੇ ਨੇ ਖਾ ਨਹੀਂ ਜਾਣੇ ਹੈਗੇ, ਜਾਂ ਬੈਂਕ 'ਚ ਪਏ ਨੇ ਕਿਸੇ ਨੂੰ ਕੁਛ ਹੋ ਨਹੀਂ ਜਾਣਾ। ਸੋ ਉਹ ਬੱਚਿਆਂ ਨੂੰ ਕੀ ਦਿੱਕਤ ਆਈ ਹੈ ਜਿਨ੍ਹਾਂ ਨੇ ਅਕਾਊਂਟ 'ਚ ਫੰਡ ਨਹੀਂ ਡਿਪੋਜ਼ਿਟ ਕਰਵਾਏ ਸੀ। ਹੁਣ ਮੰਨ ਲਓ 5 ਜਨਵਰੀ ਨੂੰ ਕੰਡੀਸ਼ਨ ਲੱਗ ਕੇ ਆ ਗਈ ਵੀ 2 ਹਫ਼ਤੇ ਦੇ ਵਿੱਚ ਫੰਡ, ਜਿਹੜੇ ਬੱਚਿਆਂ ਨੇ ਸਾਡੀ ਗੱਲ ਮੰਨ ਕੇ ਜਾਂ ਜਿਹੜੇ ਬੱਚਿਆਂ ਨੂੰ ਪਤਾ ਸੀਗਾ ਕਿ ਯਾਰ ਜੋ ਫੰਡ ਦੀ ਰਿਕੁਆਇਰਮੈਂਟ ਆ ਤਾਂ ਮੈਨੂੰ ਅੱਜ ਜਾਂ ਕੱਲ੍ਹ ਪੂਰੀ ਕਰਨੀ ਹੀ ਪੈਣੀ ਹੈ, ਉਹ ਬੱਚੇ ਟਾਈਮ ਸਿਰ ਵੀਜ਼ਾ ਲੈ ਕੇ ਚਲੇ ਗਏ। ਅਤੇ ਜਿਹੜੇ ਬੱਚੇ ਇਹ ਸੀਗੇ ਕਿ ਜਦੋਂ ਆਫਰ ਲੈਟਰ ਆਊ ਉਦੋਂ ਅਸੀਂ ਲੱਤ ਤੋਂ ਲੱਤ ਚੱਕਾਂਗੇ, ਉਦੋਂ ਅਸੀਂ ਖੜ੍ਹੇ ਹੋਵਾਂਗੇ, ਉਹ ਬੱਚਿਆਂ ਦੇ ਸਾਰਿਆਂ ਦੇ ਇਨਟੇਕ ਡੈਫਰ ਹੋ ਗਏ। ਕਾਰਨ 28 ਦਿਨ ਪੁਰਾਣੇ ਫੰਡ ਹੈ ਨਹੀਂ। ਮੇਰੇ ਕੋਲ ਸੈਂਕੜਿਆਂ ਦੀ ਗਿਣਤੀ 'ਚ ਬੱਚਿਆਂ ਦੀਆਂ ਆਫਰ ਲੈਟਰਾਂ ਹੈਗੀਆਂ ਨੇ, ਆਲਮੋਸਟ 80-90% ਦੇ ਵਿੱਚ ਜੈਨ ਫੈਬ ਦੇ ਵਿੱਚ ਇਹੀ ਕੰਡੀਸ਼ਨ ਲੱਗ ਕੇ ਆਈ ਹੈ ਕਿ 28 ਦਿਨ ਪੁਰਾਣੇ ਫੰਡ ਚਾਹੀਦੇ ਨੇ। ਸਾਰੇ ਬੱਚਿਆਂ ਦੇ ਕੋਲ 28 ਦਿਨ ਪੁਰਾਣੇ ਫੰਡ ਨਹੀਂ ਸੀ। ਸੋ ਸਭ ਤੋਂ ਵੱਡਾ ਕਾਰਨ ਇੱਕ ਇਹ ਰਿਹਾ ਜਿਹਦੇ ਕਰਕੇ ਬਹੁਤ ਬੱਚੇ ਇਸ ਚੀਜ਼ ਦਾ ਨਹੀਂ ਬੈਨੀਫਿਟ ਲੈ ਪਾਏ। ਸੋ ਹੁਣ ਜੇ ਤੁਸੀਂ ਮਾਰਚ ਮਈ ਇਨਟੇਕ ਕਰਨਾ ਚਾਹੁੰਦੇ ਹੋ, ਲਾਸਟ ਮੂਮੈਂਟ ਦੀ ਵੇਟ ਨਾ ਕਰੋ ਕਿ ਉਹ ਚੀਜ਼ ਦੀ ਤਿਆਰੀ, ਵਿਆਹ ਦੀ ਕਹਿੰਦੇ ਵਿਆਹ ਦੀ ਤਿਆਰੀ ਉਸ ਉਹਦੀ ਕਰਾਂਗੇ ਜਦੋਂ ਬਰਾਤ ਸਿਰ 'ਤੇ ਆ ਜੂਗੀ। ਉਹਦਾ ਕੀ ਕੰਮ ਬਣਦਾ ਜੇ ਬਰਾਤ ਬੁਲਾਈ ਹੋਈ ਹੈ, ਵਿਆਹ ਤਾਂ ਨਹੀਂ ਹੋਇਆ, ਤਿਆਰੀ ਤਾਂ ਕਰਨੀ ਪੈਣੀ ਹੈ। ਜੇ ਬਾਹਰ ਜਾਣ ਦਾ ਕੰਮ ਆਪਾਂ ਤੋਰਿਆ ਹੋਇਆ, ਆਪਾਂ ਅਪਲਾਈ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ ਹੋਇਆ, ਮੈਡੀਕਲ ਹੋ ਗਿਆ, ਫੰਡ ਰੈਡੀ ਕਰਨਾ ਹੋ ਗਿਆ, ਫੀਸ ਰੈਡੀ ਕਰਨਾ ਹੋ ਗਿਆ, ਇੰਟਰਵਿਊ ਦੀ, ਖਾਲੀ ਮੈਂ ਫੀਸ ਦੀ ਗੱਲ ਨਹੀਂ ਕਰ ਰਿਹਾ, 5-6 ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਜੋ ਆਪਣੀ ਕਰਨੀਆਂ ਜ਼ਰੂਰੀ ਹੁੰਦੀਆਂ। ਹੁਣ ਇਸ ਵੀਕ ਦੇ ਵਿੱਚ ਕਈ ਬੱਚਿਆਂ ਨੂੰ ਇੰਟਰਵਿਊ ਕਾਲਜ ਆ ਗਏ ਨੇ ਕਿ ਕੱਲ੍ਹ ਤੁਹਾਡਾ ਕੈਸ ਵਾਸਤੇ ਇੰਟਰਵਿਊ ਆ। ਬੱਚੇ ਕਹਿੰਦੇ ਜੀ, ਕਈ ਕਹਿੰਦੇ ਜੀ ਠੀਕ ਹੈ ਕੋਈ ਦਿੱਕਤ ਨਹੀਂ, ਅਸੀਂ ਤਿਆਰੀ ਕਰ ਰਹੇ ਸੀ, ਦੇ ਦਿੰਦੇ ਹਾਂ। ਉਹਨਾਂ ਨੂੰ ਇੱਕ ਦਿਨ 'ਚ ਉਹਨਾਂ ਨੇ ਇੰਟਰਵਿਊ ਦਿੱਤਾ, ਫੀਸਾਂ ਗਈਆਂ ਹੋਈਆਂ ਸੀਗੀਆਂ, ਅਗਲੇ ਦਿਨ ਯੂਨੀਵਰਸਿਟੀ ਨੇ ਕੈਸ਼ ਇਸ਼ੂ ਕਰਤਾ, 5 ਦਿਨ 'ਚ ਬੱਚੇ ਦਾ ਕੰਮ ਬਣ ਗਿਆ, 6 ਦਿਨ 'ਚ ਬੱਚੇ ਦਾ ਕੰਮ ਬਣ ਗਿਆ। ਉਹਨਾਂ ਨੂੰ ਆਪ ਨੂੰ ਉਮੀਦ ਨਹੀਂ ਸੀ, ਉਹ ਸੋਚਦੇ ਪਏ ਸੀ ਜੀ ਅਸੀਂ ਤਾਂ ਆਫਰ ਲੈਟਰ ਅਪਲਾਈ ਕੀਤੀ ਹੋਈ ਹੈ। ਹੁਣ ਜਿਵੇਂ ਹੀ ਆਫਰ ਲੈਟਰ ਆਇਆ, ਅਗਲੇ ਦਿਨ ਕੈਸ਼ ਦਾ ਇੰਟਰਵਿਊ ਹੋ ਗਿਆ, 3ਜੇ ਦਿਨ ਕੈਸ਼ ਆ ਗਈ, 5ਵੇਂ ਦਿਨ VFS ਦਾ ਸਲੋਟ ਲੈ ਲਿਆ, ਜਾ ਕੇ ਫਾਈਲ ਜਮ੍ਹਾਂ ਕਰਵਾਤੀ, 2 ਦਿਨ ਦੇ ਵਿੱਚ ਰਿਜ਼ਲਟ ਆ ਗਿਆ। ਸੋ ਬਹੁਤ ਟਾਈਮ ਦੀ ਮਿਹਨਤ ਦਾ ਇੱਕਦਮ ਰਿਜ਼ਲਟ ਮਿਲ ਗਿਆ। ਪਰ ਕੁਛ ਬੱਚੇ ਇਹਨਾਂ 'ਚੋਂ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਇੰਟਰਵਿਊ ਦੀ ਤਿਆਰੀ ਨਹੀਂ ਕੀਤੀ, ਉਹ ਕੀ ਕਹਿੰਦੇ ਜੀ ਸਾਨੂੰ ਹਫ਼ਤੇ ਦਾ ਤਿਆਰੀ ਦਾ ਟਾਈਮ ਦਿਓ। ਯੂਨੀਵਰਸਿਟੀ ਕਹਿੰਦੀ ਠੀਕ ਹੈ ਜੀ, ਤੁਸੀਂ 5-6 ਮਹੀਨੇ ਦਾ ਟਾਈਮ ਲਓ, ਅਗਲੇ ਇਨਟੇਕ ਵਾਸਤੇ ਅਪਲਾਈ ਕਰ ਲਿਓ। ਸੋ ਹੁਣ ਕੋਈ ਵੀ ਸਟੂਡੈਂਟ ਜਾਣਾ ਚਾਹੁੰਦਾ, ਟਾਈਮ ਨਾ ਖਰਾਬ ਕਰੇ, ਆਪਣੇ ਇੰਟਰਵਿਊ ਦੀ ਤਿਆਰੀ ਡੇ 1 ਤੋਂ ਕਰਕੇ ਚੱਲੇ, ਆਪਣੇ ਫੰਡ ਡੇ 1 ਤੋਂ ਰੈਡੀ ਰੱਖੇ, ਆਪਣੀ ਫੀਸ ਡੇ 1 ਤੋਂ ਰੈਡੀ ਰੱਖੇ, ਅਤੇ ਜੋ ਵੀ ਰਾਹ 'ਤੇ ਤੁਰਨਾ ਪ੍ਰੋਸੈਸ ਸਟਾਰਟ ਕਰਨਾ, ਪਲੈਨ ਕਰਕੇ ਚੱਲੇ ਕਿ ਮੈਂ ਇਹਨੂੰ ਸਿਰੇ ਲਾਉਣਾ। 2 ਚਿੱਤੇ ਹੋ ਕੇ, 2 ਮਨੇ ਹੋ ਕੇ ਕੋਈ ਕੰਮ ਨਹੀਂ ਹੁੰਦਾ। ਹੁਣ ਮੈਂ ਸੜਕ 'ਤੇ ਗੱਡੀ ਵੀ ਚਲਾ ਰਿਹਾ ਹੋਊਂਗਾ, ਜੇ ਮੈਂ ਬੇਮਨਾ ਹੋ ਕੇ ਗੱਡੀ ਚਲਾਊਂਗਾ, ਮੈਂ ਕਿਤੇ ਨਹੀਂ ਪਹੁੰਚੂਗਾ, ਜਾਂ ਬਾਰ ਬਾਰ ਮੈਂ ਪਿੱਛੇ ਵਾਲਾ ਸ਼ੀਸ਼ਾ ਦੇਖੀ ਜਾਊਂਗਾ, ਯਾਰ ਪਹਿਲਾਂ ਮੇਰੇ ਨਾਲ ਆਏ ਹੋ ਗਿਆ ਸੀ, ਹੁਣ ਦੁਬਾਰਾ ਫਿਰ ਮੇਰੇ ਨਾਲ ਆਏ ਨਾ ਹੋ ਜੇ, ਜਾਂ ਮੈਂ ਗੱਡੀ ਨਾ ਚਲਾਵਾਂ, ਜਾਂ ਮੈਂ ਗਰਦਨ ਘੁਮਾ ਕੇ ਸਾਰਾ ਪਿੱਛੇ ਵਾਲਾ ਸ਼ੀਸ਼ਾ ਹੀ ਦੇਖ ਲਾਂ। ਸੋ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਟਾਈਮ ਆਪਾਂ ਪਿੱਛੇ ਨੂੰ ਦੇਖੀ ਜਾਈਏ, ਜਾਂ ਜ਼ਰੂਰਤ ਤੋਂ ਜ਼ਿਆਦਾ ਘਬਰਾ ਕੇ ਡਿਸੀਜਨ ਲਈਏ। ਆਲ ਦੋ ਪੁਰਾਣੀ ਕੋਈ ਗਲਤੀ ਕੀਤੀ ਆ ਤੋਂ ਸਬਕ ਸਿੱਖਣਾ ਜ਼ਰੂਰੀ ਆ, ਹਰ ਚੀਜ਼ ਦਾ ਫਾਇਦੇ ਨੁਕਸਾਨ ਦਾ ਚੀਜ਼ ਦਾ ਧਿਆਨ ਰੱਖ ਕੇ ਚੱਲਣਾ ਜ਼ਰੂਰੀ ਆ, ਬਟ ਡਰ ਜਾਂ ਸਾਵਧਾਨੀ ਉਨੀ ਕੁ ਜ਼ਰੂਰੀ ਹੈਗੀ ਜਿੰਨੀ ਲੋੜੀਂਦੀ ਹੋਵੇ, ਜ਼ਰੂਰਤ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ। ਅਤੇ ਇਸ ਇਨਟੇਕ ਦੇ ਵਿੱਚ ਜਿਹੜੇ ਬੱਚੇ ਵੀਜ਼ਾਜ਼ ਨਹੀਂ ਲੈ ਪਾਏ, ਕਿਉਂਕਿ ਮੈਨੂੰ ਯੂਟਿਊਬ 'ਤੇ ਹਰ ਰੋਜ਼ ਸੈਂਕੜੇ 'ਚ ਕਮੈਂਟ ਆਉਂਦੇ ਨੇ ਕਿ ਮੇਰਾ ਕੈਸ਼ ਨਹੀਂ ਆ ਰਿਹਾ, ਮੇਰਾ ਕੈਸ਼ ਨਹੀਂ ਆ ਰਿਹਾ, ਉਹ ਜਦੋਂ ਉਹਨਾਂ ਬੱਚੇ ਦੇ ਰੀਜ਼ਨ ਦੇਖਦੇ, ਕਾਫੀ ਕਾਮਨ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ, ਫੀਸ ਨਹੀਂ ਰੈਡੀ ਕੀਤੀ ਸੀ ਟਾਈਮ ਸਿਰ, ਫੰਡ ਨਹੀਂ ਪੇ ਕੀਤਾ, ਢਿੱਲੇ ਲੈ ਕੇ ਚੱਲਦੇ। ਹੁਣ UK ਦਾ ਤਾਂ ਕੰਮ ਆ, ਅੱਜ ਆਫਰ ਲੈਟਰ ਇਸ਼ੂ ਕਰਤੀ, ਫੀਸ ਦਿਓ ਉਹਨਾਂ ਨੂੰ, ਜੇ ਤੁਹਾਡੀ ਜਗ੍ਹਾ ਜੇ ਉਹਨਾਂ ਨੇ 20 ਆਫਰ ਸੀਟਾਂ ਹੈਗੀਆਂ ਨੇ
20 ਦੀ ਉਹਨਾਂ ਨੇ 40 ਆਫਰ ਲੈਟਰਸ ਦੇਤੀਆਂ ਬੱਚਿਆਂ ਨੂੰ, ਜਦੋਂ ਪਹਿਲੇ 20 ਬੱਚਿਆਂ ਨੇ ਫੀਸਾਂ ਪੇ ਕਰਤੀਆਂ 21ਵਾਂ ਭਾਵੇਂ ਉਹਨਾਂ ਤੋਂ ਵਧੀਆ ਹੋਵੇ ਉਹਨੂੰ ਸੀਟ ਨਹੀਂ ਮਿਲਣੀ ਹੈਗੀ। ਸੋ ਕਿੰਨੇ ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਆਈ। ਸੋ ਕੋਸ਼ਿਸ਼ ਕਰੋ, UK ਅਪਲਾਈ ਕਰਨਾ ਹੈਗਾ, ਇਸ ਚੀਜ਼ ਦਾ ਖਿਆਲ ਰੱਖ ਕੇ ਚੱਲੋ। ਸਾਡੇ ਕੋਲ ਜੇ ਆ ਕੇ ਤੁਸੀਂ ਆਪਣੀ ਐਪਲੀਕੇਸ਼ਨ ਲਗਾਉਂਦੇ ਹੋ, ਮੈਂ ਜਿਵੇਂ ਲਾਸਟ ਵੀਕ ਵੀ ਵੀਜ਼ਾ ਸਕਸੈਸ ਸ਼ੇਅਰ ਤੁਹਾਡੇ ਨਾਲ ਸ਼ੇਅਰ ਕੀਤੇ ਸੀ, ਜਿਨ੍ਹਾਂ ਬੱਚਿਆਂ ਦੇ ਵੀਜ਼ਾਜ਼ ਆਏ ਨੇ ਅਪਰੋਕਸੀਮੇਟ ਵਿਦਇਨ 1-2 ਵਰਕਿੰਗ ਵੀ 70-80 ਬੱਚਿਆਂ ਦੀ ਜਿਹੜੀ ਹੈਗੀ ਵੀਜ਼ਾ ਅਪਰੂਵਲ ਆ ਗਿਆ। ਸੋ ਸਾਡਾ ਸਿਸਟਮ ਕੀ ਹੈ, ਪਲੱਸ ਟੂ ਦੇ ਵਿੱਚੋਂ 60-65% ਤੋਂ ਉੱਪਰ ਨੰਬਰ ਹੋਣ, ਬੱਚਾ ਇੰਗਲਿਸ਼ ਬੋਲ ਲੈਂਦਾ ਹੋਵੇ, ਗੈਪ ਹੋਵੇ 2-4-5-6 ਸਾਲ ਦਾ ਬਟ ਜਸਟੀਫਾਈਡ ਹੋਵੇ, ਅਤੇ ਫੰਡ ਉਹਦੇ ਕੋਲ ਫੀਸ ਰੈਡੀ ਪਈ ਹੋਵੇ। ਮੈਂ ਸਟੂਡੈਂਟ ਨੂੰ ਕੀ ਆਪਸ਼ਨ ਦੇ ਰਿਹਾ ਵੀ ਆਪਣੀ ਕਾਲਜ ਦੀ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ, ਅਤੇ ਬਹੁਤ ਅੱਛਾ ਆਪਸ਼ਨ ਹੈਗਾ। ਤੁਸੀਂ ਜਿੰਨੀ 6-8 ਮਹੀਨੇ ਦੀ ਕਾਲਜ ਦੀ ਫੀਸ ਦੇਣੀ ਆ ਉਹ ਕੰਪਨੀ ਪੇ ਕਰ ਰਹੀ ਆ, ਤੁਹਾਡੀ ਇੰਸ਼ੋਰੈਂਸ ਕੰਪਨੀ ਪੇ ਕਰ ਰਹੀ ਆ, ਤੁਹਾਡੀ ਅੰਬੈਸੀ ਫੀਸ ਕੰਪਨੀ ਪੇ ਕਰ ਰਹੀ, ਤੁਹਾਡੀ ਫਾਈਲ ਦਾ ਸਾਰਾ ਖਰਚਾ ਕੰਪਨੀ ਬੀਅਰ ਆਊਟ ਕਰ ਰਹੀ ਹੈ। ਤੁਹਾਨੂੰ ਕੀ ਆਪਸ਼ਨ ਮਿਲ ਰਿਹਾ ਕਿ ਯਾਰ ਮੈਂ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਦੇ ਦੂੰਗਾ, ਕੰਪਨੀ ਦੀ ਸਿਰਦਰਦੀ ਕਿੱਥੇ ਆ ਗਈ, ਕੱਲ੍ਹ ਨੂੰ ਯਾਰ ਉਹ ਬੱਚੇ ਦੀ ਫਾਈਲ ਨਹੀਂ ਲੈਣੀ ਹੈਗੀ ਜਿਹਦਾ ਵੀਜ਼ਾ ਨਾ ਆਵੇ ਜਾਂ ਜਿਹਦੀ ਸਕਿੱਲ ਵਧੀਆ ਨਾ ਹੋਵੇ ਜਾਂ ਜਿਹਦੇ ਪਰਸੈਂਟੇਜ ਠੀਕ ਨਾ ਹੋਵੇ। ਸੋ ਸਾਡਾ ਫੋਕਸ ਕੀ ਹੈ, ਸਿਰਫ 100 ਫਾਈਲਾਂ ਉਹ ਕਰਨੀਆਂ ਜਿਹੜੇ 100 ਬੱਚਿਆਂ ਦੇ ਵੀਜ਼ੇ ਆਉਣੇ, ਬਜਾਏ ਕਿ 500 ਫਾਈਲਾਂ ਚੱਕੋ ਅਤੇ 400 ਰਿਜੈਕਟ ਹੋ ਜਾਣ। ਸੋ ਮੇਰਾ ਫੋਕਸ ਵੀ ਸੁਧਰ ਗਿਆ, ਪਲੱਸ ਜਿਹੜਾ ਮੇਰੇ ਕੋਲ ਮੇਰਾ ਕਲਾਇੰਟ ਆ ਰਿਹਾ ਉਹਨੂੰ ਵੀ ਇਸ ਚੀਜ਼ ਦੀ ਇੰਸ਼ੋਰੈਂਸ ਮਿਲ ਗਈ ਯਾਰ ਕਿ ਇਹ ਬੰਦਾ ਕੰਮ ਹੀ ਉਹ ਕਰਦਾ ਵਾ ਜਿਹਨਾਂ ਦੇ ਬੱਚਿਆਂ ਦੇ ਵੀਜ਼ਾ ਆਉਣ ਵਾਲੇ ਹੁੰਦੇ, ਆਲਤੂ ਫਾਲਤੂ ਇਹਨੇ ਕੋਈ ਕੇਸ ਨਹੀਂ ਕਰਨਾ। ਅਤੇ ਅਸੀਂ ਸਾਰੀਆਂ ਫਾਈਲਾਂ ਬੰਦ ਕੀਤੀਆਂ ਨੇ, ਕੋਈ ਬੱਚਾ ਆ ਕੇ ਅੱਜ ਦੀ ਡੇਟ 'ਚ ਵੀ ਕਹਿੰਦਾ ਜੀ ਮੇਰੇ 45% ਹੈਗੇ ਮੇਰੇ ਤੋਂ ਪੈਸੇ ਵੱਧ ਲੈ ਲਓ, ਅਸੀਂ ਉਹ ਫਾਈਲ ਨਹੀਂ ਕਰ ਰਹੇ ਜਿਹੜਾ ਰਿਕੁਆਇਰਮੈਂਟ ਨੂੰ ਨਹੀਂ ਮੀਟ ਕਰ ਰਹੇ, ਅਸੀਂ ਉਹ ਫਾਈਲ ਨਹੀਂ ਕਰ ਰਹੇ ਹੈਗੇ। ਸੋ ਸਿੰਪਲ ਸਿਸਟਮ ਡਿਜ਼ਾਈਨ ਕੀਤਾ ਹੋਇਆ UK ਵਾਸਤੇ, ਹਜੇ ਵੀ ਤੁਸੀਂ ਮਾਰਚ ਮੇਨ ਟੇਕ ਵਾਸਤੇ ਜਾਣਾ ਚਾਹੁੰਦੇ ਹੋ, ਕੋਈ ਵੀਜ਼ਾਸ ਬੰਦ ਨਹੀਂ ਹੋਏ ਹੈਗੇ। ਮੈਂ ਅੱਜ ਵੀ 1-2 ਬੱਚਿਆਂ ਦੇ ਰਿਮਾਰਕਸ ਪੜ੍ਹ ਰਿਹਾ ਸੀ, ਇਨਫੈਕਟ ਮੇਰੇ ਕੋਲ ਹੀ ਅਪਲਾਈ ਕੀਤੇ ਹੋਏ ਨੇ, ਕਹਿੰਦੇ ਜੀ ਸਾਨੂੰ ਸੁਣਨ ਦੇ ਵਿੱਚ ਆਏ UK ਨੇ ਵੀਜ਼ਾ ਬੰਦ ਕਰਤੇ ਨੇ। ਉਹ ਪਤੰਦਰੋ ਕਿਹੜੀ ਅੰਬੈਸੀ ਨੇ ਜਾਂ ਕਿਹੜੇ ਇਮੀਗ੍ਰੇਸ਼ਨ ਨੇ ਡਾਟਾ ਕੱਢਿਆ ਵਾ ਅਸੀਂ ਵੀਜ਼ਾਸ ਬੰਦ ਕਰਦੇ ਨੇ, ਵੀਜ਼ਾਸ ਕਦੇ ਬੰਦ ਨਹੀਂ ਹੁੰਦੇ, ਨਾ ਕਦੇ ਹੋਏ ਨੇ ਨਾ ਕਦੇ ਹੋਣਗੇ। ਆਲ ਦੋ ਜਿਸ ਹਿਸਾਬ ਨਾਲ ਯੂਨੀਵਰਸਿਟੀਜ਼ ਨੂੰ ਅੰਬੈਸੀਜ਼ ਨੂੰ ਪ੍ਰੋਬਲਮ ਆਉਂਦੀ ਹੈ, ਕੁਛ ਨਾ ਕੁਛ ਚੀਜ਼ਾਂ ਸੁਧਾਰ ਆਉਂਦਾ ਵਾ। 2005 ਤੋਂ ਆਸਟ੍ਰੇਲੀਆ ਆਪਣੇ ਸਿਸਟਮ ਦੇ ਵਿੱਚ ਸੁਧਾਰ ਕਰ ਰਿਹਾ, ਨਿਊਜ਼ੀਲੈਂਡ 2007-08 ਤੋਂ ਸਟੂਡੈਂਟ ਆਪਣਾ ਸੁਧਾਰ ਕਰ ਰਿਹਾ, UK 2002 ਤੋਂ ਕਰ ਰਿਹਾ, ਕੈਨੇਡਾ 2009 ਤੋਂ ਕਰ ਰਿਹਾ। ਇਹ ਕੰਟਰੀਆਂ ਵਾਸਤੇ ਬਾਹਰੋਂ ਸਟੂਡੈਂਟ ਲੈਣਾ ਕੋਈ ਨਵੀਂ ਗੱਲ ਨਹੀਂ ਹੈਗੀ, UK ਸਾਲ ਦਾ 3-4 ਲੱਖ ਬੱਚਾ ਲੈਂਦਾ ਇੱਕ ਟਾਈਮ 'ਤੇ, ਉੱਥੇ 500,000 ਅਪਰੋਕਸੀਮੇਟ 30-50 ਲੱਖ ਦੇ ਕਰੀਬ ਬੱਚਾ ਪੜ੍ਹ ਰਿਹਾ ਹੁੰਦਾ ਵਾ। ਸੇਮ ਵੇ ਕੈਨੇਡਾ ਦੇ ਵਿੱਚ ਅੱਜ ਦੀ ਡੇਟ 7-8 ਲੱਖ ਬੱਚਾ ਪੜ੍ਹ ਰਿਹਾ ਵਾ, ਖਾਲੀ ਇੰਡੀਆ ਤੋਂ 1,70,000-80,000 ਦੇ ਕਰੀਬ ਆਸ ਪਾਸ ਬੱਚਾ ਜਾਂਦਾ। ਸੋ ਇਹ ਕੰਟਰੀਆਂ ਵਾਸਤੇ ਵੀਜ਼ਾ ਬੰਦ ਕਰਨਾ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਕਿ ਇਹਨਾਂ ਨੂੰ ਫਾਇਦਾ ਹੋਊਗਾ, ਇਹਨਾਂ ਦਾ ਬਹੁਤ ਵੱਡਾ ਬਿਜ਼ਨਸ ਰੈਵਨਿਊ ਇਹ ਤੋਂ ਆ ਰਿਹਾ। ਦੋ ਬੈਨੀਫਿਟ ਉਹ ਲੈ ਰਹੇ ਨੇ UK ਦੀ, ਜੇ ਮੈਂ ਇਕੋਨਮੀ ਦੀ ਗੱਲ ਕਰਾਂ, UK ਨੇ ਹੁਣ ਇੱਕ ਜਿਹੜੇ ਨਵੀਂ ਗਵਰਨਮੈਂਟ ਇਲੈਕਟ ਹੋ ਕੇ ਆਈ, ਉਹਨਾਂ ਨੇ ਇੱਕ ਚੀਜ਼ ਕਹੀ ਸੀਗੀ ਕਿ ਅਸੀਂ ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮ ਲਾਂਚ ਕਰਨ ਦੀ ਸੋਚ ਰਹੇ, ਜਿਵੇਂ ਕੈਨੇਡਾ ਆਸਟ੍ਰੇਲੀਆ 'ਚ ਬੱਚੇ PR ਲੈ ਸਕਦੇ ਨੇ ਪੁਆਇੰਟ ਬੇਸ, ਉੱਦਾਂ ਉਹਦੇ ਨਾਲ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਉਹਨਾਂ ਨੂੰ ਸਕਿਲਡ ਮੈਨ ਪਾਵਰ ਮਿਲ ਜਾਂਦੀ ਹੈ, ਦੂਜੇ ਨੰਬਰ 'ਤੇ ਜਿਹੜੇ ਸਹੀ ਐਜੂਕੇਸ਼ਨ ਰੂਟ ਤੋਂ ਗਏ ਹੁੰਦੇ ਨੇ ਉਹਨਾਂ ਨੂੰ ਰੈਜੀਡੈਂਸੀ ਲੈਣੀ ਸੌਖੀ ਹੁੰਦੀ ਆ। ਹੁਣ UK ਕੋਈ ਬਹੁਤ ਵੱਡੀ ਆਬਾਦੀ ਵਾਲਾ ਮੁਲਕ ਨਹੀਂ ਹੈਗਾ, ਅਪਰੋਕਸੀਮੇਟ 7 ਕਰੋੜ ਦੇ ਆਸ ਪਾਸ ਆਬਾਦੀ ਹੈ। ਸੋ ਉਹਨਾਂ ਨੂੰ ਵੀ ਸਕਿਲਡ ਮੈਨ ਪਾਵਰ ਦੀ ਲੋੜ ਆ, ਬਟ ਉਹਨਾਂ ਨੂੰ ਕੋਈ ਲੇਬਰ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਕੋਈ ਉਹ ਬੱਚਿਆਂ ਦੀ ਲੋੜ ਨਹੀਂ ਹੈਗੀ ਜਿਹਨਾਂ ਨੇ ਆ ਕੇ ਖੇਤਾਂ 'ਚ ਕੰਮ ਕਰਨਾ ਜਾਂ ਟਰੱਕ ਟਰੁੱਕ ਚਲਾਉਣੇ ਨੇ, ਆਲਦੋ ਦੇ ਆਰ ਰਿਸਪੈਕਟੇਬਲ ਜੋਬਸ, ਬਟ ਜਿਹੜਾ ਟੈਕਨੀਕਲ ਮੈਨ ਪਾਵਰ ਚਾਹੀਦਾ, ਸਟੈਮ ਜਿਹੜਾ ਹੁੰਦਾ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਡੀਕਲ, ਇਸ ਫੀਲਡ ਦੇ ਵਿੱਚ ਉਹਨਾਂ ਨੂੰ ਸਟੂਡੈਂਟ ਚਾਹੀਦਾ। ਸੋ ਇਸ ਫੀਲਡ ਜੇ ਤੁਸੀਂ ਕੰਮ ਕਰ ਰਹੇ ਹੋ ਜਾਂ ਪੜ੍ਹਨਾ ਚਾਹੁੰਦੇ ਹੋ, ਤੁਹਾਡੇ ਵਾਸਤੇ UK ਬਹੁਤ ਅੱਛਾ ਸਕੋਪ ਹੈਗਾ। UK ਤੋਂ ਇਲਾਵਾ ਹੁਣ ਜਿਵੇਂ ਜਨਵਰੀ ਦਾ ਮਹੀਨਾ ਆ ਗਿਆ ਹੋਇਆ ਵਾ, ਮਾਰਚ ਮਈ ਇਨਟੇਕ ਦੇ ਵਿੱਚ ਜਰਮਨੀ ਦੀ ਐਪਲੀਕੇਸ਼ਨਸ ਅਸੀਂ ਲੈ ਰਹੇ ਹਾਂ। ਜਰਮਨੀ ਜੇ ਤੁਸੀਂ ਜਾਣਾ ਚਾਹੁੰਦੇ ਹੋ, 6-8 ਲੱਖ ਦੇ ਬਜਟ ਦੇ ਵਿੱਚ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ, ਵਰਲਡ ਦਾ ਨੰਬਰ 1 ਪਾਸਪੋਰਟ ਹੈਗਾ, ਫਰਾਂਸ ਬਾਰੇ ਅਪਲਾਈ ਕਰ ਸਕਦੇ ਹੋ, ਸਵਿਟਜ਼ਰਲੈਂਡ ਦੀ ਐਪਲੀਕੇਸ਼ਨ ਲਾ ਸਕਦੇ ਹੋ, ਇਟਲੀ, ਸਪੇਨ, ਪੋਰਚੁਗਲ, ਇਹਨਾਂ ਦੀਆਂ ਐਡਮਿਸ਼ਨਸ ਓਪਨ ਹੋ ਗਈਆਂ ਨੇ, ਲਾਤਵੀਆ, ਲਿਥੁਏਨੀਆ ਇਹ ਨੈਕਸਟ ਇਨਟੇਕ ਵਾਸਤੇ ਰੀਓਪਨ ਹੋ ਗਏ ਨੇ, ਸਵੀਡਨ, ਡੈਨਮਾਰਕ, ਫਿਨਲੈਂਡ, ਸਪਾਊਸ ਨੂੰ ਲੈ ਕੇ ਜਾਣਾ ਚਾਹੁੰਦੇ ਹੋ, ਇਹ ਓਪਨ ਹੋ ਗਏ ਨੇ। ਮੈਂ ਕੋਸ਼ਿਸ਼ ਕਰੂੰਗਾ ਨੈਕਸਟ ਜਿਹੜਾ ਐਪੀਸੋਡ ਹੈਗਾ ਵਾ ਉਹਦੇ ਵਿੱਚ, ਜਿਹੜਾ ਆਪਣੇ ਕੋਲ ਸਮਾਂ ਲਿਮਿਟਡ ਹੁੰਦਾ 12-13 ਮਿੰਟ ਦਾ, ਵੀ ਸਾਰੀ ਕੰਟਰੀਜ਼ ਦੀ ਬੇਸਿਕ ਇਨਫੋਰਮੇਸ਼ਨ ਤੁਹਾਡੇ ਵਾਸਤੇ ਕਵਰ ਕਰਾਂ, ਕੀ ਰਿਕੁਆਇਰਮੈਂਟ ਨੇ, ਕੀ ਬਜਟ ਆ, ਕੀ ਪ੍ਰੋਸੈਸ ਆ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇੱਕ ਬੱਚੇ ਵਾਸਤੇ ਕੀ ਚੀਜ਼ ਹੁੰਦੀ ਹੈ। ਮੰਨ ਲਓ ਮੈਂ ਕਿਸੇ ਦੁਕਾਨ 'ਤੇ ਕੁਛ ਲੈਣ ਜਾਣਾ, ਮੈਨੂੰ ਪਤਾ ਮੈਂ ਕੀ ਲੈਣਾ, ਮੇਰਾ ਬਜਟ ਕਿੰਨਾ ਵਾ, ਮੈਂ ਉੱਥੇ ਜਾ ਕੇ ਚੀਜ਼ ਮੰਗ ਲੂੰਗਾ। ਸੇਮ ਵੇ
ਬੱਚੇ ਨੂੰ ਆਪਣਾ ਬਜਟ ਪਤਾ, ਉਹਦੇ ਕੀ ਪਲਾਨ ਨੇ, ਉਸ ਹਿਸਾਬ ਨਾਲ ਅਸੀਂ ਉਹਨੂੰ ਆਪਸ਼ਨ ਦੇ ਦਾਂਗੇ। ਉਹਨੂੰ ਪਤਾ ਮੇਰਾ 8 ਲੱਖ ਬਜਟ ਆ ਕੰਟਰੀ, ਉਸ ਹਿਸਾਬ ਨਾਲ ਮੇਰੀ ਆਹ ਸਪਾਊਸ ਵੀਜ਼ਾ ਦੀ ਰਿਕੁਆਇਰਮੈਂਟ ਆ, ਮੇਰੀ ਵਿਦ ਆਇਲਸ ਰਿਕੁਆਇਰਮੈਂਟ ਆ, ਮੇਰੀ ਵਿਦਆਊਟ ਆਇਲਸ ਰਿਕੁਆਇਰਮੈਂਟ ਆ। ਪਰ ਸਟੂਡੈਂਟ ਜਿਹੜੇ ਵੀ ਜਾਣਾ ਚਾਹੁੰਦੇ ਨੇ ਇਸ ਟਾਈਮ ਵੀਜ਼ਾਸ ਕਿਸੇ ਵੀ ਕੰਟਰੀ ਬਹੁਤ ਸੌਖੇ ਨਹੀਂ ਹੈਗੇ, ਕੋਈ ਵੀ ਕੰਟਰੀ ਐਵੇਂ ਫਾਲਤੂ 'ਚ ਵੀਜ਼ਾ ਨਹੀਂ ਦੇ ਰਹੀ ਹੈਗੀ। ਸੋ ਫਾਈਲ ਨੂੰ ਥੋੜ੍ਹਾ ਜਿਹਾ ਸੀਰੀਅਸ ਲੈ ਕੇ ਚੱਲੋ, ਕਿਉਂਕਿ ਜੋ ਰਿਜੈਕਸ਼ਨ ਆਉਂਦੀ ਹੈ ਨਾ, ਇਹਦਾ ਦੂਜਾ ਪਹਿਲੂ ਕੀ ਹੈ ਕਿ ਬੱਚੇ ਕਹਿੰਦੇ ਨੇ ਕਿ ਜੇ ਰਿਜੈਕਸ਼ਨ ਨਾ ਬਹੁਤ ਆਉਂਦੀਆਂ ਨੇ ਵੀ ਏਜੰਟ ਰਿਜੈਕਸ਼ਨ ਲਵਾ ਦੇਣੇ, ਏਜੰਟ ਕਦੇ ਰਿਜੈਕਸ਼ਨ ਨਹੀਂ ਲਵਾ ਸਕਦਾ। ਮੇਰੇ ਵਰਗਾ ਕੋਈ ਬੰਦਾ ਵਧੀਆ ਵੀ ਹੈਗਾ ਜਾਂ ਭਾਵੇਂ ਲੱਖ ਮਾੜਾ ਵੀ ਹੈਗਾ, ਉਹ ਤੁਸੀਂ ਆਪ ਸੋਚ ਕੇ ਦੇਖੋ, ਇੱਕ ਏਜੰਟ ਲੱਖ ਮਾੜਾ, ਜੇ ਕਿਸੇ ਬੱਚੇ ਦੇ ਆਇਲ 'ਚ ਬੈਂਡ ਅੱਛੇ ਨੇ, ਫੰਡ ਅੱਛੇ ਆ, ਪ੍ਰੋਫਾਈਲ ਅੱਛੀ ਹੈ, ਕੀ ਮਾੜੇ ਏਜੰਟ ਕਰਕੇ ਉਹਦੀ ਫਾਈਲ ਰਿਜੈਕਟ ਹੋਊਗੀ? ਕਦੇ ਵੀ ਨਹੀਂ ਹੋਊਗੀ। ਅਤੇ ਇੱਕ ਮੰਨ ਲਓ ਬੱਚਾ ਬਹੁਤ ਮਾੜਾ, ਮੈਂ ਕਹਿੰਦਾ ਲੱਖ ਵਧੀਆ ਏਜੰਟ ਆ ਜਿਹਦੀ 100% ਵੀਜ਼ਾ ਸਕਸੈਸ ਰੇਸ਼ੋ ਆ, ਪਰ ਕੀ ਉਹ ਏਜੰਟ ਦੀ ਪ੍ਰੋਫਾਈਲ ਬੱਚੇ ਨੂੰ ਵੀਜ਼ਾ ਦਵਾ ਦੇਊਗੀ? ਨਹੀਂ ਦਵਾ ਸਕਦੀ। ਸੋ ਏਜੰਟ ਦਾ, ਕੰਸਲਟੈਂਟ ਦਾ ਰੋਲ ਸਿਰਫ ਤੁਹਾਨੂੰ ਐਡਮਿਸ਼ਨ ਅਤੇ ਵੀਜ਼ਾ ਦੀ ਗਾਈਡੈਂਸ ਸਰਵਿਸਿਜ਼ ਦੇਣ ਤੱਕ ਰਹਿੰਦਾ, ਉਦੋਂ ਅਪਰ ਨਹੀਂ। ਏਜੰਟ ਕੋਈ ਰੱਬ ਨਹੀਂ ਹੈਗਾ, ਉਹ ਇੱਕ ਸਲਾਹਕਾਰ ਹੈਗਾ ਵਾ ਜੋ ਬਾਕੀ ਕਿਸੇ ਵੀ ਕਿੱਤੇ ਦੀ ਤਰ੍ਹਾਂ ਤੁਹਾਨੂੰ ਆਪਣੀ ਫੀਲਡ ਦੀ ਸਰਵਿਸਿਜ਼ ਦੇ ਰਿਹਾ ਵਾ। ਤੁਸੀਂ ਸਾਡੇ ਤੋਂ ਕੋਈ ਹੈਲਪ ਚਾਹੁੰਦੇ ਹੋ ਜਾਂ ਆਪਣੇ ਬਾਹਰ ਜਾਣ ਬਾਰੇ ਕੋਈ ਗਾਈਡੈਂਸ ਚਾਹੁੰਦੇ ਹੋ ਵੀ ਕਿਹੜੀ ਕਿਹੜੀ ਕੰਟਰੀ ਜਾ ਸਕਦੇ ਹੋ, ਸਾਡੀ ਕੋਈ ਵੀ ਨੀਅਰ ਬਾਏ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਅੰਬਾਲਾ, ਅਤੇ ਰੀਸੈਂਟ ਸਾਡੀ ਜਿਹੜੀ 15 ਜਨਵਰੀ ਨੂੰ ਦੇਹਰਾਦੂਨ ਦੇ ਵਿੱਚ ਬ੍ਰਾਂਚ ਓਪਨ ਹੋਈ ਆ, ਉੱਥੇ ਵਿਜ਼ਿਟ ਕਰ ਸਕਦੇ ਹੋ। ਸੋ ਨੈਕਸਟ ਐਪੀਸੋਡ ਦੇ ਵਿੱਚ ਕੁਛ ਹੋਰ ਕੰਟਰੀਜ਼ ਬਾਰੇ ਇਨਫੋਰਮੇਸ਼ਨ ਲੈ ਕੇ ਮੈਂ ਤੁਹਾਡੇ ਨਾਲ ਦੁਬਾਰਾ ਹਾਜ਼ਰ ਹੋਵਾਂਗਾ, ਅਤੇ ਦੁਬਾਰਾ ਜਿਹੜੀਆਂ ਹੋਰ ਕੰਟਰੀਜ਼ ਹੈਗੀਆਂ ਉਹਨਾਂ ਬਾਰੇ ਤੁਹਾਡੇ ਨਾਲ ਚਰਚਾ ਕਰਾਂਗਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਸਿੰਘ ਯੂਰੋਕੈਨ ਗਲੋਬਲ ਤੋਂ, ਅੱਜ ਤੁਹਾਡੇ ਨਾਲ ਇੱਕ ਹੋਰ ਸਕਸੈਸ ਸਟੋਰੀ ਲੈ ਕੇ ਆਇਆ। ਜਿਵੇਂ ਥੋੜ੍ਹੇ ਦਿਨ ਪਹਿਲਾਂ ਲਾਈਵ ਵੀਡੀਓ ਦੇ ਵਿੱਚ ਮੈਂ ਜਿਹੜੇ ਤੁਹਾਡੇ ਨਾਲ ਵੀਜ਼ਾ ਕਾਪੀ ਸ਼ੇਅਰ ਕੀਤੀਆਂ ਸੀ ਜਾਂ ਪਾਸਪੋਰਟ ਸ਼ੇਅਰ ਕੀਤੇ ਸੀਗੇ, ਸੋ ਉਹਨਾਂ ਵਿੱਚੋਂ ਹੀ ਇੱਕ ਗੁਰਲਪ੍ਰੀਤ ਹੈਗੇ ਨੇ ਮੇਰੇ ਨਾਲ ਸਟੂਡੈਂਟ, ਜਿਹੜੇ ਕਿ ਬਰਨਾਲਾ ਦੇ ਰਹਿਣ ਵਾਲੇ ਹੈਗੇ ਨੇ। ਇਹਨਾਂ ਦਾ ਹੁਣੇ ਹੀ ਆਪਣਾ ਯੂਕੇ ਦਾ ਜਿਹੜਾ ਹੈਗਾ ਸਟੱਡੀ ਵੀਜ਼ਾ ਅਪਰੂਵ ਹੋ ਕੇ ਆਇਆ ਵਾ। ਮਾਈ ਨੇਮ ਇਜ਼ ਗੁਰਲਪ੍ਰੀਤ ਸਿੰਘ ਐਂਡ ਆਈ ਬਿਲੋਂਗ ਫਰੋਮ ਬਰਨਾਲਾ, ਐਂਡ ਮੈਂ 2017 ਵਿੱਚ ਪਾਸ ਆਊਟ ਹੋਇਆ, ਪਲੱਸ ਟੂ ਪਾਸ ਆਊਟ ਹੋਇਆ, ਐਂਡ ਉਸ ਤੋਂ ਬਾਅਦ ਮੈਂ ਮਤਲਬ ਚੂਜ਼ ਕੀਤਾ ਯੂਕੇ ਵੀ ਮੈਂ ਫੋਰ ਮਾਈ ਫਿਊਚਰ ਸਟੱਡੀ, ਅਤੇ ਇਹ ਮੈਂ ਵਿਦਆਊਟ ਆਇਲਸ ਅਪਲਾਈ ਕੀਤਾ ਸੀਗਾ, ਅਤੇ ਮੈਨੂੰ ਵਿਦ ਇਨ 5 ਡੇਜ਼ ਮੇਰਾ ਵੀਜ਼ਾ ਆ ਗਿਆ। ਚਲੋ, ਸਾਡੇ ਸਾਰੀ ਟੀਮ ਵੱਲੋਂ ਗੁਰਲਪ੍ਰੀਤ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਸਾਡੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਬੈਸਟ ਆਫ ਲੱਕ, ਉਹਨਾਂ ਦਾ ਜੋ ਫਿਊਚਰ ਕਰੀਅਰ ਹੈਗਾ ਯੂਕੇ ਵਿੱਚ ਆ ਕੇ ਵਧੀਆ ਤਰੀਕੇ ਨਾਲ ਪੜ੍ਹ ਕੇ ਆਪਣਾ ਕਰੀਅਰ ਬਣਾਉਣ ਲਈ, ਆਹ ਤੁਹਾਡਾ ਪਾਸਪੋਰਟ। ਥੈਂਕ ਯੂ।